हेलो जी, सत श्री अकाल जी सारिआं नूं। पंजाबी डिश चैनल में तुहाडा स्वागत है जी। अज मैं फिर जी साबत आलू की सब्जी बनाउण लगी हाँ। पहले मैनूं बहुत कमेंट आए आ, तेल बहुत पाया, आलू बड़े आ, कट लैणे सी मैं। आलू प्याज टमाटर इन्हां दी सब्जी लगी हाँ बनाउण। आलू जिहड़े बड़े बड़े सी आपां उह कट लैणे आ, दो दो पीस कर लैणे आ। प्याज मैं छोटे छोटे लए आ। ते तेल देखो मैं सिर्फ एक कड़छी तेल दी पाई, इन्ना तां पाउणा पैणा। जदों आपां देख लो तेल किन्ना क, बस इन्ना क आपां तेल पाया जी। ते इहदे विच आपां आलू सारे पा देणे आ। ते आलूआं नूं आपां पहलां फ्राई करना, चंगी तरह सेक लवाउणा इन्हां नूं, तां कि आलू अपने पक जाण। ते मिक्स करते, मिक्स करके आपां घट सेक दे उत्ते, जिहड़े आलू आपां ढक दित्ते आ घट सेक दे उत्ते, इन्हां नूं पकाउणा। ਤੇ ਜਿਹੜੇ ਪਿਆਜ਼ ਆ ਜੀ, ਇਹਨਾਂ ਨੂੰ ਆਪਾਂ ਅੱਧੇ ਅੱਧੇ ਕੱਟ ਲਾ ਲੈਣੇ ਆ। ਅੱਧੇ ਅੱਧੇ ਪਿਆਜ਼ ਨੂੰ, ਪੂਰਾ ਨਹੀਂ ਕੱਟ ਲਾਉਣਾ, ਅੱਧਾ ਅੱਧਾ ਕੱਟ ਲਾ ਲਿਆ ਆਪਾਂ। ਤੇ ਟਮਾਟਰ ਆਪਾਂ ਪੀਸ ਲੈਣੇ ਆ। ਸਾਬਤੀਆਂ ਮਿਰਚਾਂ, ਹਰੀਆਂ ਮਿਰਚਾਂ ਆਪਾਂ ਇੱਧੇ ਸਾਬਤੀਆਂ ਪਾ ਦੇਣੀਆਂ। ਤੇ ਟਮਾਟਰਾਂ ਨੂੰ ਆਪਾਂ ਪੀਸ ਲੈਣੇ ਮਿਕਸੀ ਕੱਪ 'ਚ ਪਾ ਕੇ। ਬਹੁਤ ਟੇਸਟੀ ਤੇ ਬਹੁਤ ਹੀ ਵਧੀਆ ਸਬਜ਼ੀ ਇਹ ਬਣਦੀ, ਬਹੁਤ ਛੇਤੀ ਬਣ ਜਾਂਦੀ ਆ। ਤੇ ਦੇਖ ਲਓ ਜੀ, ਤੇਲ ਮੈਂ ਜਿਹੜਾ ਪਹਿਲਾਂ ਪਾਇਆ ਸੀ ਉਹੀ ਤੇਲ ਆ। ਤੇ ਇਹਦੇ ਵਿੱਚ ਆਪਾਂ ਟਮਾਟਰ, ਹੁਣ ਇੱਦਾਂ ਦੇਖਣ ਨੂੰ ਜ਼ਿਆਦਾ ਲੱਗਦਾ ਆ, ਕਮੈਂਟ ਮੈਨੂੰ ਬਹੁਤ ਚੰਗੇ ਵੀ ਆਏ ਆ, ਮਾੜੇ ਵੀ ਬਹੁਤ ਕਮੈਂਟ ਆਏ ਆ। ਤੇ ਦੇਖੋ ਜੀ, ਇਹਦੇ ਵਿੱਚ ਆਪਾਂ ਹੁਣ ਜਿਹੜੇ ਸਾਬਤੇ ਪਿਆਜ਼ ਕੱਟ ਲਾਏ ਵਾਲੇ ਉਹ ਪਾ ਦੇਣੇ ਆ। ਇਹਦੇ ਵਿੱਚ ਆਪਾਂ ਹਰੀਆਂ ਮਿਰਚਾਂ ਪਾ ਦੇਣੀਆਂ ਚਾਰ ਪੰਜ ਜਿਹੜੀਆਂ। ਤੇ ਇਹਨਾਂ ਨੂੰ ਆਪਾਂ ਆਲੂਆਂ ਨੂੰ ਸਾਈਡ 'ਤੇ ਕਰ ਦਿੰਦੇ, ਪਿਆਜ਼ ਗੱਬੇ ਕਰ ਦਿੰਦੇ, ਤਾਂ ਕਿ ਇਹ ਵੀ ਪੱਕ ਜਾਣ ਚੰਗੀ ਤਰ੍ਹਾਂ। ਤੇ ਮੈਂ ਵੀਡੀਓ ਜੀ ਬਿਲਕੁਲ ਸੌਖੇ ਤਰੀਕੇ ਨਾਲ ਬਣਾ ਕੇ ਪਾਉਣੀ ਹੁੰਦੀ, ਜਿਹੜੀ ਹਰ ਕੋਈ ਬਣਾ ਸਕੇ। ਅਤੇ ਆਪਣੇ ਆਲੂ ਵੀ ਅਤੇ ਪਿਆਜ਼ ਵੀ, ਜਿਹੜੇ ਮਿਰਚਾਂ ਵੀ, ਸਾਰਾ ਕੁਛ ਜਿਹੜਾ ਪੱਕ ਗਿਆ ਆ। ਅਤੇ ਦੇਖੋ ਇਹਨਾਂ ਨੂੰ ਆਪਾਂ ਇੱਕ ਵਾਰ ਫਿਰ ਹਿਲਾ ਦਿੱਤਾ ਸੀ। ਹੁਣ ਜਿਹੜੇ ਆਪਾਂ ਟਮਾਟਰ ਪੀਸ ਕੇ ਰੱਖੇ ਉਹ ਆਪਾਂ ਪਾ ਦੇਣੇ ਆ। ਇਹਨਾਂ ਨੂੰ ਵੀ ਮਿਕਸ ਕਰ ਦਿੰਦੇ, ਮਿਕਸ ਕਰਕੇ ਆਪਾਂ ਇਹਨਾਂ ਨੂੰ ਢੱਕ ਦੇਣਾ ਆ ਚੰਗੀ ਤਰ੍ਹਾਂ। ਅਤੇ ਤਾਂ ਕਿ ਇਹ ਜਿਹੜੇ ਟਮਾਟਰ ਪੀਸੇ ਉਹ ਵੀ ਪੱਕ ਜਾਵੇ, ਪੇਸਟ ਜਿਹੜਾ ਟਮਾਟਰ ਦਾ। ਅਤੇ ਦੇਖ ਲਓ ਜੀ, ਸਾਰੀਆਂ ਚੀਜ਼ਾਂ ਜਿਹੜੀਆਂ ਆ ਪੱਕ ਗਈਆਂ ਆ। ਹੁਣ ਇਹਦੇ ਵਿੱਚ ਆਪਾਂ ਜਿਹੜੇ ਮਸਾਲੇ ਪਾਉਣੇ ਉਹ ਪਾ ਦਿੰਦੇ ਹਾਂ। ਇਹ ਧਨੀਆ ਪਾਊਡਰ ਆ ਜੀ, ਜੀਰਾ, ਜੀਰੇ ਦਾ ਪਾਊਡਰ ਆ, ਥੋੜ੍ਹੀ ਜਿਹੀ ਲਾਲ ਮਿਰਚ ਪਾਤੀ ਆਪਾਂ, ਕਸ਼ਮੀਰੀ ਲਾਲ ਮਿਰਚ ਪਾਈ ਹੈ, ਕੌੜੀ ਨਹੀਂ ਹੁੰਦੀ ਜੀ, ਮਿਰਚਾਂ ਹਰੀਆਂ ਵੈਸੇ ਪਾਈਆਂ ਆਪਾਂ। ਇਹ ਹਲਦੀ ਪਾ ਦਿੱਤੀ ਹੈ, ਜਿੰਨੀ ਕੁ ਆਪਣੀ ਸਬਜ਼ੀ ਉਹਦੇ ਹਿਸਾਬ ਨਾਲ ਆਪਾਂ ਮਸਾਲੇ ਪਾ ਦੇਣੇ। ਨਮਕ ਪਾ ਦਿੱਤਾ, ਇਹ ਸੇਂਦਾ ਨਮਕ ਆ ਜੀ, ਇਸ ਕਰਕੇ ਮੈਨੂੰ ਥੋੜ੍ਹਾ ਜਿਹਾ ਜ਼ਿਆਦਾ ਪਾਉਣਾ ਪੈਂਦਾ ਆ। ਮਿਕਸ ਕਰ ਲਿਆ, ਮਿਕਸ ਕਰਕੇ ਇਹਨੂੰ ਢੱਕ ਦਿੰਦੇ ਹਾਂ। ਫਿਰ ਮਸਾਲੇ ਚੰਗੀ ਤਰ੍ਹਾਂ ਆਲੂ ਵਿੱਚ, ਪਿਆਜ਼ ਵਿੱਚ ਚੰਗੀ ਤਰ੍ਹਾਂ ਰਚ ਜਾਣ। ਇਹ ਘੱਟ ਸੇਕ ਦੇ ਉੱਤੇ ਆਪਾਂ ਇਹਨੂੰ ਪਕਾਉਣਾ ਆ। ਅਤੇ ਦੇਖ ਲਓ ਜੀ, ਸਬਜ਼ੀ ਆਪਣੀ ਜਿਹੜੀ ਆ ਤਕਰੀਬਨ ਪੱਕ ਗਈ ਆ। ਇਹ ਮਿਕਸ ਕਰਤੀ ਆਪਾਂ ਫਿਰ, ਅਤੇ 2 ਚਮਚ ਮੈਂ ਦਹੀਂ ਦੇ ਲਾਏ ਆ, ਉਹਨਾਂ ਨੂੰ ਫੈਂਟ ਲਿਆ ਚੰਗੀ ਤਰ੍ਹਾਂ। ਸਿਰਫ ਦਹੀਂ ਆ ਜੀ ਇਕੱਲਾ, ਇਹ ਫੈਂਟ ਕੇ ਇਹ ਵੀ ਇਹਦੇ ਵਿੱਚ ਪਾ ਦਿੱਤਾ ਆ। ਇਹਨੂੰ ਵੀ ਮਿਕਸ ਕਰ ਦੇਣਾ, ਮਿਕਸ ਕਰਕੇ ਆਪਾਂ ਫਿਰ ਢੱਕ ਦਿੰਦੇ ਹਾਂ ਇਹਨੂੰ। ਬਹੁਤ ਹੀ ਜਲਦੀ ਅਤੇ ਬਹੁਤ ਸੌਖੇ ਤਰੀਕੇ ਨਾਲ ਬਹੁਤ ਟੇਸਟੀ ਸਬਜ਼ੀ ਇਹ ਬਣਦੀ ਆ। ਨਹੀਂ ਕੁਛ ਸਮਝ ਲੱਗਦੀ ਕੀ ਬਣਾਈਏ, ਨਹੀਂ ਕੁਛ ਸਬਜ਼ੀ, ਆਲੂ ਪਿਆਜ਼ ਦੀ ਸਬਜ਼ੀ ਇੱਦਾਂ ਬਣਾ ਲਓ, ਬਹੁਤ ਹੀ ਟੇਸਟੀ ਬਣਦੀ ਆ। ਇੱਕ ਅਲੱਗ ਬਣ ਜਾਂਦੀ ਆ, ਮੂੰਹ ਦਾ ਟੇਸਟ ਚੇਂਜ ਹੋ ਜਾਂਦਾ ਆ, ਅਤੇ ਦੂਜਾ ਜਲਦੀ ਬਣ ਜਾਂਦੀ ਆ, ਸਵਾਦ ਵੀ ਬਹੁਤ ਬਣਦੀ ਆ। ਇਹ ਢੱਕ ਦਿੰਦੇ ਜੀ, ਅਤੇ ਦੇਖ ਲਓ ਜੀ, ਸਬਜ਼ੀ ਆਪਣੀ ਜਿਹੜੀ ਤਿਆਰ ਹੋ ਗਈ ਆ। ਮੈਂ ਆਲੂ ਪਿਆਜ਼ ਜ਼ਿਆਦਾ ਲਾਲ ਨਹੀਂ ਕੀਤੇ ਸੀ, ਆਪਾਂ ਪਕਾਉਣੇ ਆ, ਲਾਲ ਨਹੀਂ ਕਰਨੇ ਜ਼ਿਆਦਾ। ਅਤੇ ਆਲੂ ਆਪਾਂ ਤੋੜ ਲੈਂਦੇ ਇੱਕ, ਦੇਖ ਲਓ ਜੀ, ਆਲੂ ਵੀ ਆਪਣੇ ਪੱਕ ਗਏ, ਪਿਆਜ਼ ਤਾਂ ਪੱਕ ਹੀ ਗਏ ਆ। ਅਤੇ ਬਹੁਤ ਵਧੀਆ ਆਪਣੀ ਸਬਜ਼ੀ ਬਣ ਕੇ ਜਿਹੜੀ ਹੋ ਗਈ ਆ ਤਿਆਰ। ਹੁਣ ਇਹਦੇ ਵਿੱਚ ਹਰਾ ਧਨੀਆ ਪਾ ਦਿੰਦੇ ਹਾਂ, ਹਰਾ ਧਨੀਆ ਪਾ ਕੇ ਮਿਕਸ ਕਰ ਦਿੰਦੇ ਹਾਂ। ਅਗਰ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਪਲੀਜ਼ ਲਾਈਕ, ਸ਼ੇਅਰ, ਕਮੈਂਟ ਕਰ ਦਿਆ ਕਰੋ। ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਜੀ, ਸਪੋਰਟ ਕਰੋ ਸਾਡੇ ਚੈਨਲ ਨੂੰ। ਤੁਹਾਡੀ ਸਪੋਰਟ ਦੇ ਨਾਲ ਹੀ ਚੈਨਲ ਨੇ ਅੱਗੇ ਵਧਣਾ ਆ। ਅਤੇ ਮੈਂ ਤੇਲ ਤਾਂ ਹੁਣ ਤੁਹਾਡੇ ਸਾਹਮਣੇ ਪਾਇਆ ਜੀ, ਜਿੰਨਾ ਕੁ ਹੈਗਾ ਆ। ਅਗਰ ਜ਼ਿਆਦਾ ਲੱਗਦਾ ਆ ਤਾਂ ਠੀਕ ਆ, ਪਹਿਲਾਂ ਵੀਡੀਓ ਵਿੱਚ ਜਿਹੜਾ ਤੇਲ ਸੀ ਉਹ ਜ਼ਿਆਦਾ ਸੀ, ਅਤੇ
ਪਰ ਇੰਨਾ ਵੀ ਨਹੀਂ ਸੀ, ਵਿੱਚ ਵਿੱਚ ਬਹੁਤ ਕਮੈਂਟ ਆਏ ਆ, ਸ਼ਨੀਵਾਰ ਨੂੰ ਬੀਬੀ ਤੇਲ ਮੰਗ ਲਿਆ ਜੀ, ਜ਼ਿਆਦਾ ਮੰਗ ਲਿਆ ਜੀ, ਇੱਦਾਂ ਗਲਤ ਕਮੈਂਟ ਨਹੀਂ ਕਰਨੇ ਚਾਹੀਦੇ। ਅਤੇ ਚਲੋ ਕੋਈ ਨਹੀਂ, ਮੈਂ ਡੋਂਗੇ ਦੇ ਵਿੱਚ ਸਬਜ਼ੀ ਪਾ ਲਈ ਜੀ, ਉੱਪਰ ਥੋੜ੍ਹਾ ਜਿਹਾ ਆਪਾਂ ਮੱਖਣ ਰੱਖ ਲਿਆ। ਦੇਖੋ ਬਹੁਤ ਵਧੀਆ ਸਬਜ਼ੀ ਆਪਣੀ ਬਣ ਕੇ ਤਿਆਰ ਹੋ ਗਈ ਆ। ਕਮੈਂਟ ਕਰਕੇ ਦੱਸਿਓ ਜੀ ਹੁਣ ਇਹ ਸਬਜ਼ੀ ਕਿੱਦਾਂ ਦੀ ਲੱਗੀ ਤੁਹਾਨੂੰ, ਮੈਂ ਤਾਂ ਹੀ ਦੁਬਾਰਾ ਫਿਰ ਇਹ ਵੀਡੀਓ ਪਾਈ ਜੀ। ਵੀਡੀਓ ਦੇਖਣ ਲਈ ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।